ਮੀਤ ਭੰਗੜਾ ਗਰੁੱਪ ਸ਼ਾਹਕੋਟ ਵੱਲੋਂ ਗਰੁੱਪ ਦੀ 21ਵੀਂ ਵਰ੍ਹੇਗੰਢ ਬੜੀ ਹੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਮੀਤ ਭੰਗੜਾ ਟ੍ਰੇਨਿੰਗ ਸੈਂਟਰ ਸ਼ਾਹਕੋਟ ਦੇ ਸੰਚਾਲਕ ਧਰਮਿੰਦਰ ਸਿੰਘ ਰੂਪਰਾ ਦੀ ਅਗਵਾਈ 'ਚ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਾਕਟਰ ਅਜਮੇਰ ਸਿੰਘ, ਗੁਰਮੇਲ ਸਿੰਘ, ਕਿਰਪਾਲ ਸਿੰਘ, ਰਜਿੰਦਰ ਕੁਮਾਰ ਟੀਟਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਪਰਮਜੀਤ ਕੌਰ ਬਜਾਜ, ਵਾਈਸ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸੈਂਟਰ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਮਾਸਟਰ ਸੁਰਿੰਦਰ ਕੁਮਾਰ ਵਿਗ, ਮਾਸਟਰ ਅਮਨਦੀਪ ਸਿੰਘ ਚੰਦੀ ਅਤੇ ਮਾਸਟਰ ਵਿਜੇ ਕੁਮਾਰ ਵਿਗ ਨੇ ਕਿਹਾ ਕਿ ਮੀਤ ਭੰਗੜਾ ਗਰੁੱਪ ਵੱਲੋਂ ਬੱਚਿਆਂ ਅਤੇ ਨੌਜਵਾਨ ਮੁੰਡੇ ਕੁੜੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਪੰਜਾਬੀ ਵਿਰਸੇ ਨਾਲ ਜੋੜਨ ਲਈ ਕੀਤਾ ਜਾ ਰਿਹਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਸਮਾਗਮ ਨੂੰ ਸਫਲ ਬਣਾਉਣ ਲਈ ਪਰਮਜੀਤ ਸਿੰਘ ਪੰਮਾ, ਨਿਮਾਜੀਪੁਰ ਕਬੱਡੀ ਕੋਚ ਅਤੇ ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਸੈਂਟਰ ਦੇ ਸਮੂਹ ਬੱਚਿਆਂ ਅਤੇ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਅੰਤ ਵਿੱਚ ਧਰਮਿੰਦਰ ਸਿੰਘ ਰੂਪਰਾ ਨੇ ਆਏ ਹੋਏ ਮਹਿਮਾਨਾਂ ਅਤੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ। ਮੀਤ ਭੰਗੜਾ ਗਰੁੱਪ ਜੋ ਕਿ ਪਿਛਲੇ 21 ਸਾਲਾਂ ਤੋਂ ਸ਼ਾਹਕੋਟ ਵਿੱਚ ਲਗਾਤਾਰ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ, ਇਹਦਾ ਮੇਨ ਮਕਸਦ ਜੋ ਬੱਚੇ ਅੱਜ ਕੱਲ੍ਹ ਵੈਸਟਰਨ ਕਲਚਰ ਨੂੰ ਜਾ ਰਹੇ ਸਨ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਨੂੰ ਜੋੜਨਾ ਸੀ। ਸਾਡੇ ਮੇਨ ਫਾਊਂਡਰ ਜਿਨ੍ਹਾਂ ਨੇ ਵੀ ਸ਼ੁਰੂਆਤ ਕੀਤੀ, ਕੁਛ ਸੱਜਣ ਤੋਂ ਬਾਹਰ ਚਲੇ ਗਏ ਨੇ, ਜਿੱਦਾਂ ਸਰਬੀ ਸਿੰਘ ਸ਼ਾਹਕੋਟੀ, ਉੱਥੇ ਵੀ ਪੰਜਾਬੀ ਸੱਭਿਆਚਾਰ ਦਾ ਹੀ ਬੋਲਬਾਲਾ ਕਰ ਰਿਹਾ ਹੈ। ਸਾਡੇ ਮੇਨ ਪ੍ਰਧਾਨ ਰਜਿੰਦਰ ਟੀਟਾ ਜੀ ਸਭ ਨੇ ਮਿਲ ਕੇ ਹੀ ਇਸ ਗਰੁੱਪ ਨੂੰ ਬਹੁਤ ਬੰਨ ਕੇ ਰੱਖਿਆ ਹੋਇਆ ਸੀਗਾ। ਹੁਣ ਸਰਦਾਰ ਧਰਮਿੰਦਰ ਸਿੰਘ ਜੀ ਪਿਛਲੇ ਕਾਫੀ ਸਾਲਾਂ ਤੋਂ ਇਹਨੂੰ ਲਗਾਤਾਰ ਚਲਾ ਰਹੇ ਹਨ ਅਤੇ ਛੋਟੇ ਛੋਟੇ ਬੱਚਿਆਂ ਨੂੰ ਟ੍ਰੇਨਿੰਗ ਦੇ ਕੇ ਪੰਜਾਬੀ ਸੱਭਿਆਚਾਰ ਨਾਲ ਜੋੜ ਰਹੇ ਹਨ। ਅਤੇ ਅਸੀਂ ਸ਼ੁਕਰਗੁਜ਼ਾਰ ਹਾਂ ਧਰਮਿੰਦਰ ਜੀ ਦੇ ਜਿਨ੍ਹਾਂ ਨੇ ਇਸ ਨੂੰ ਹਾਲੇ ਤੱਕ ਸਾਂਭ ਕੇ ਰੱਖਿਆ ਹੋਇਆ ਪੰਜਾਬੀ ਵਿਰਸੇ ਨੂੰ, ਹੁਣ ਲੋਕਾਂ ਵਿੱਚ ਪੰਜਾਬੀ ਦਾ ਪ੍ਰਚਾਰ ਕਰਨ ਲਈ, ਪੰਜਾਬੀ ਸੱਭਿਆਚਾਰ ਨਾਲ ਜੋੜਨ ਲਈ ਇਹ ਕਲੱਬ ਲਗਾਤਾਰ ਕੋਸ਼ਿਸ਼ਾਂ ਕਰਦਾ ਰਹੂਗਾ ਜੀ। ਮੈਂ ਧਰਮਿੰਦਰ ਸਿੰਘ, ਸ਼ਾਹਕੋਟ ਮੀਤ ਭੰਗੜਾ ਟ੍ਰੇਨਿੰਗ ਸੈਂਟਰ ਚੱਲਦਿਆਂ ਨੂੰ 21 ਸਾਲ ਹੋ ਗਏ ਜੀ। ਅੱਜ ਉਹਦੀ ਖੁਸ਼ੀ ਵਿੱਚ ਛੋਟਾ ਫੰਕਸ਼ਨ ਰੱਖਿਆ ਆ, ਜੋ ਕਿ ਸਾਡੇ ਉਸਤਾਦ ਜੋ ਮੇਰੇ ਵੱਡੇ ਮੀਤ ਭੰਗੜਾ ਟ੍ਰੇਨਿੰਗ ਸੈਂਟਰ ਚਲਾ ਰਹੇ ਸੀ ਉਹ ਆਏ ਅੱਜ, ਅਤੇ ਸਾਰੇ ਦਰਸ਼ਕ ਆਏ ਨੇ, ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਡਾ ਮੇਨ ਮਕਸਦ ਇਹੀ ਆ ਮੀਤ ਭੰਗੜਾ ਟ੍ਰੇਨਿੰਗ ਸੈਂਟਰ 'ਚ ਵੀ ਬੱਚਿਆਂ ਨੂੰ ਸੱਭਿਆਚਾਰਕ ਨਾਲ ਜੋੜਿਆ ਜਾਵੇ, ਨਸ਼ਿਆਂ ਤੋਂ ਦੂਰ ਰੱਖਿਆ ਜਾਵੇ ਅਤੇ ਸਿਹਤ ਪੱਖੋਂ ਵੀ ਵਧੀਆ ਉਹਨਾਂ ਨੂੰ ਰੱਖਿਆ ਜਾਵੇ। ਬਸ ਮੀਤ ਭੰਗੜਾ ਟ੍ਰੇਨਿੰਗ ਸੈਂਟਰ ਇਹੀ ਸੇਵਾ ਜਿੰਨਾ ਚਿਰ ਰਸਾ ਹੈ ਅਸੀਂ ਕਰਦੇ ਰਹਾਂਗੇ। ਸੇਵਾ ਨਿਊਜ਼ ਦੇ ਲਈ ਸ਼ਾਹਕੋਟ ਤੋਂ ਆਜ਼ਾਦ ਸਚਦੇਵਾ ਦੀ ਰਿਪੋਰਟ।